ਹਾਂਜੀ ਸੋਚ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮਿਹਨਤਕਾ ਤੇ ਤੁਸੀਂ ਦੇਖ ਰਹੇ ਹੋ ਕਰੰਟ ਅਫੇਅਰਸ ਕੱਲ ਹੋਵੇਗਾ ਅੱਜ ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨਾਂ ਦੀ ਕਿਸੇ ਵੀ ਮੁਲਕ ਸਮਾਜ ਬਾਰੇ ਅੰਦਾਜ਼ਾ ਉਸ ਤੇ ਸ਼ਹਿਰ ਵਿੱਚ ਲੱਗੇ ਪੋਸਟਰਾਂ ਬੈਨਰਾਂ ਤੋਂ ਲਾਇਆ ਜਾਂਦਾ ਤੇ ਜੋ ਕੇ ਪੰਜਾਬ ਬਾਰੇ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਗਿਣਤੀ ਆਇਲਟ ਸੈਂਟਰਾਂ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਹੋਵੇਗੀ। ਇਸੇ ਦੇ ਨਾਲ ਹੀ ਗਲੇ ਮੁਹੱਲੇ ਵਿੱਚ ਖੁੱਲੇ ਜਿੰਮ ਵੀ ਨਜ਼ਰ ਪੈਣਗੇ ਨਸ਼ਾ ਛਡਾਊ ਕੇਂਦਰਾਂ ਦੀ ਗੱਲ ਕਰੀਏ ਤਾਂ ਉਹ ਵੀ ਦਿਨ-ਦਿਨ ਵਧਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਨਾਲ ਨਵੇਂ ਬੁਢਾਪਾ ਘਰ ਖੋਲਣ ਦੀ ਵੀ ਮੰਗ ਜਿਹੜੀ ਹੈ ਸਰਕਾਰ ਕੋਲੋਂ ਕੀਤੀ ਜਾਣ ਲੱਗੀ ਹੈ। ਇੱਕ ਪੱਖ 'ਚ ਹੋਰ ਹੈ ਇਹ ਤਾਂ ਭਾਵੇਂ ਬੜੇ ਸਕਾਰਾਤਮਕ ਅਤੇ ਸਾਰਥਕ ਖਲਾਅਤ ਵਾਲਾ ਜਿਵੇਂ ਉਮੀਦਵਾਰਦਾਨ ਪਰ ਇਹ ਪੰਜਾਬ ਦੇ ਵਿੱਚ ਘਟ ਰਹੀ। ਪੁੰਚਨ ਦੂਰ ਜਾ ਕਹੀਏ ਬਾਂਜੇ ਪਣਦਾ ਬਾਂਜ ਪੁਣਾ ਜਿਹੜਾ ਉਸਦਾ ਇਲਾਜ ਕੇਂਦਰਾਂ ਦਾ ਸੰਕੇਤ ਹੈ ਇਹ ਸਾਰੇ ਹੀ ਸਿੱਧੇ ਸਿੱਧੇ ਨੌਜਵਾਨੀ ਦੇ ਨਾਲ ਜੁੜੇ ਵਰਤਾਰੇ ਨੇ ਸੋ ਸਾਡੇ ਕੋਲ ਪੰਜਾਬ ਦੀ ਜਵਾਨੀ ਦਾ ਉਹ ਦ੍ਰਿਸ਼ ਹੈ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਚਿੱਤਰਿਆ ਬੇਪਰਵਾਹ ਜਵਾਨ ਪੰਜਾਬ ਤੇ ਮੌਤ ਨੂੰ ਕਰਨ ਮਖੌਲਾ ਜਾਪਦਾ ਹੈ ਕਿ ਇਹ ਕਵੀ ਨੇ ਕਿਸੇ ਕਲਪਨਾ ਵਿੱਚ ਲਿਖਿਆ ਹੈ ਕਿਉਂ ਜੋ ਜੋ ਕੇ ਪੰਜਾਬੀ ਨੌਜਵਾਨ ਹੈ ਤਸਵੀਰ ਦੇ ਮੇਚ ਨਹੀਂ ਆਉਂਦੇ ਪ੍ਰੋਫੈਸਰ ਪੂਰਨ ਸਿੰਘ ਹੀ ਨਹੀਂ ਸਗੋ ਹੋਰ ਵੀ ਅਨੇਕਾਂ ਲਿਖਤਾਂ ਦੇ ਵਿੱਚ ਪੰਜਾਬ ਦੇ ਗੱਬਰੂ ਮੁਟਿਆਰਾਂ ਦਾ ਭਰਮਾ ਜ਼ਿਕਰ ਮਿਲਦਾ ਸੋ ਉਹਨਾਂ ਦੇ ਜੁੱਸੇ ਤੋਂ ਲੈ ਕੇ ਦਲੇਰੀ ਤੱਕ ਜਿਵੇਂ ਪੰਜਾਬ ਦੇ ਵਿੱਚ ਪ੍ਰਤੀਲਤ ਖਾਨ ਹੈ ਖਾਦਾ ਪੀਤਾ ਲਾਹੇ ਦਾ ਬਾਕੀ ਅਮਤ ਸਾਹੇ ਦਾ ਫੱਕਰ ਬੁਣਾ ਤੇ ਬੇਪਰਵਾਹੀ ਮੌਤ ਨਾਲ ਮਖੌਲਾ ਕਰਨ ਵਾਲਾ ਪਿਛੋਕੜ ਵੀ ਸਮਝ ਸਕਦੇ ਆ ਤੇ ਹਿੰਦੁਸਤਾਨ ਨੂੰ ਲੁੱਟਣ ਜਾਂ ਰਾਜ ਕਰਨ ਜੋ ਵੀ ਤਾੜੀ ਜਾ ਦੁਸ਼ਮਣ ਆਏ ਪੰਜਾਬ ਦੇ ਰਾਤ ਉਹੀ ਆਉਂਦੇ ਰਹੇ ਤੇ ਉਹਨਾਂ ਦਾ ਸਾਹਮਣਾ ਪੰਜਾਬੀਆਂ ਨਾਲ ਹੀ ਹੁੰਦਾ ਰਿਹਾ ਸੋ ਮੁਲਕ ਦੇ ਵਿੱਚ ਭਾਵੇਂ ਮੁਗਲ ਵੀ ਰਹੇ ਅੰਗਰੇਜ਼ ਵੀ ਪਰ ਅੰਗਰੇਜ਼ੀ ਹਕੂਮਤ ਨਾਲ ਟੱਕਰ ਲੈਣ ਦੀ ਗੱਲ ਵੀ ਪੰਜਾਬ ਦੇ ਮਾਣ ਮੱਤੇ ਇਤਿਹਾਸ 'ਚ ਪਈ ਹੈ ਸੋ ਪਗੜੀ ਸੰਭਾਲ ਜੱਟਾ ਤੋਂ ਲੈ ਕੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਅਤੇ ਉਦਮ ਸਿੰਘ ਦੀਆਂ ਕਥਾਵਾਂ ਇਸ ਧਰਤੀ ਦੇ ਨੌਜਵਾਨਾਂ ਦੀ ਬਾਤ ਪਾਉਂਦੀਆਂ ਨੇ ਪੰਜਾਬ ਦੀ ਇਸ ਨੌਜਵਾਨੀ ਦੀ ਹਿੰਮਤ ਦਾ ਹਰਜਾਨਾ ਹੀ ਕਹਾਂਗੇ ਜੋ ਪੰਜਾਬ ਨੂੰ ਦੋ ਟੋਟਿਆਂ 'ਚ ਵੰਡਿਆ ਗਿਆ ਪਾਰਮਿਸ ਪਿੱਛੇ ਮੁਲਕ ਦੀ ਆਪਣੀ ਸਿਆਸਤ ਹੀ ਹਿੱਸੇਦਾਰ ਹੈ ਅਜੋਕੇ ਹਾਲਾਤ ਮੁਤਾਬਕ ਨਜ਼ਰ ਆ ਰਹੀਆਂ ਲਾਮਤਾਂ ਦੀ ਜ਼ਿਕਰ ਗੱਲ ਕਰਨੀ ਹੋਵੇ ਤਾਂ ਸਮਝ ਨਹੀਂ ਆਉਂਦੀ ਕਿ ਤੰਦ ਕਿੱਥੋਂ ਫੜੀ ਜਾਵੇ ਇਹ ਸਾਰੇ ਆਪਸ ਵਿੱਚ ਉਲਝੇ ਹੋਏ ਨੇ ਇੱਕ ਦੂਸਰੇ ਤੋਂ ਪੈਦਾ ਹੋਏ ਵਰਤਾਰੇ ਨੇ ਫਿਰ ਵੀ ਇੱਕ ਮੁੱਦਾ ਜੋ ਤਕਰੀਬਨ 30 ਕੁ ਸਾਲਾਂ ਤੋਂ ਕਾਫੀ ਉੱਭਰਿਆ ਉਸ ਨੂੰ ਮੁੱਦਾ ਬਣਾ ਕੇ ਕਈ ਸਰਕਾਰਾਂ ਬਣੀਆਂ ਨੇ ਨਸ਼ਿਆਂ ਦਾ ਮੁੱਦਾ ਨਸ਼ੇ ਦੀ ਵਰਤੋਂ ਦਾ ਮਸਲਾ ਕੋਈ ਨਵਾਂ ਕਿਆ ਜਾਂ ਸਦੀਆਂ ਦਾ ਨਹੀਂ ਹੈ ਅਫੀਮ ਦਾ ਇਤਿਹਾਸ 3000 ਸਾਲਾਂ ਦਾ ਹੈ ਤੇ ਤਕਰੀਬਨ ਇੰਨਾ ਹੀ ਸ਼ਰਾਬ ਦਾ ਸ਼ਰਾਬ ਤਾਂ ਹੁਣ ਸਾਡੇ ਖਿੱਤੇ ਦੇ ਸੱਭਿਆਚਾਰ ਦਾ ਵੀ ਹਿੱਸਾ ਬਣੀ ਹੋਈ ਹੈ ਸੋ ਸ਼ਰਾਬ ਤੋਂ ਬਿਨਾ ਤਾਂ ਹੁਣ ਪਰੌਣਾਚਾਰੀ ਵੀ ਪੂਰੀ ਨਹੀਂ ਸਮਝੀ ਜਾਂਦੀ ਖਾਦਾ ਪਿੱਤਾ ਵਾਲੇ ਖਾਣ ਵਿੱਚ ਸ਼ਰਾਬ ਵੀ ਸ਼ਾਮਲ ਹੈ ਸੋ ਜਿੱਥੋਂ ਤੱਕ ਅਫੀਮ ਦੀ ਗੱਲ ਹੈ ਇਸ ਦੀ ਖੇਤੀ ਵੀ ਹੁੰਦੀ ਹੈ ਤੇ ਇਹ ਦਵਾਈ ਪ੍ਰਣਾਲੀ ਦਾ ਵੀ ਹਿੱਸਾ ਰਹੀ ਹੈ ਸੋ ਦੋ ਚਾਰ ਅਮਲੀ ਤਾਂ ਹਰ ਪਿੰਡ ਦਾ ਹਿੱਸਾ ਹਮੇਸ਼ਾ ਤੋਂ ਹੀ ਰਹੇ ਨੇ ਅਸਲ ਦੇ ਵਿੱਚ ਨਸ਼ੇ ਉਦੋਂ ਸਮੱਸਿਆ ਬਣ ਕੇ ਉੱਭਰਦੇ ਨੇ ਜਦੋਂ ਇਹਨਾਂ ਦਾ ਗੈਰ ਸਮਾਜਿਕ ਤੇ ਗੈਰ ਕਾਨੂੰਨੀ ਰੂਪ ਸਮੈਕ ਤੇ ਹਿਰੋਇਨ ਬਣ ਕੇ ਮਿਲਣੇ ਸ਼ੁਰੂ ਹੋਏ। ਨਸ਼ਿਆਂ ਦੀਆਂ ਫਿਰੇ ਜਿਹੜੀਆਂ ਕਿਸਮਾਂ ਹਨ ਇਹਨਾਂ ਨੂੰ ਮਨੋਵਿਗਿਆਨਕ ਯੁੱਧ ਤਹਿਤ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਵਰਤੇ ਜਾਣ ਦੀ ਗੱਲ ਵੀ ਸਾਹਮਣੇ ਆਉਂਦੀ ਹੈ। ਪੰਜਾਬ ਦੀ ਜਵਾਨੀ ਦਾ ਕਹਾਣ ਕਰ ਰਹੀ ਇੰਨੀ ਗੰਬੀਰ ਸਮੱਸਿਆ ਨੂੰ ਸਾਡੇ ਸਿਆਸਤਦਾਨਾਂ ਨੇ ਸੰਜੀਦਗੀ ਦੇ ਨਾਲ ਨਹੀਂ ਲਿਆ ਤੇ ਨਤੀਜਾ ਸਾਹਮਣੇ ਆਇਆ। ਸਮੱਸਿਆ ਜਿਉਂਦੀ ਤਿਉਂ ਹੈ ਹਰ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਸ਼ੇ ਰੋਕੇ ਨਹੀਂ ਜਾ ਰਹੇ ਕੁਝ ਕੁ ਸਾਲ ਪਹਿਲਾਂ ਤੱਕ ਪੰਜਾਬ ਦੇ ਮਨੋਰੋਗ ਵਿਭਾਗ ਦੇ ਨਾਲ ਉਹਨਾਂ ਦੀ ਨਿਗਰਾਨੀ ਹੇਠ ਨਸ਼ਾ ਛਡਾਊ ਕੇਂਦਰ ਹੁੰਦੇ ਸੀ ਅੱਜ ਹਰ ਇੱਕ ਜ਼ਿਲ੍ਹੇ ਵਿੱਚ ਨੇ ਤੇ ਮੈਡੀਕਲ ਕਾਲਜਾਂ ਨਾਲੋਂ ਬਿੱਤਰ ਨਸ਼ਾ ਛਡਾਊ ਕੇਂਦਰ ਨੇ ਇਸ ਨੂੰ ਪ੍ਰਾਪਤੀ ਕਹਿ ਕੇ ਵਡਿਆਈ ਜਾਂਦਾ ਸੋ ਨਸ਼ਿਆਂ ਦੀ ਵਧਰੀ ਵਰਤੋਂ ਦਾ ਇੱਕ ਨਤੀਜਾ ਇਹ ਵੀ ਹੈ ਵੀ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਪ੍ਰਵਾਸ ਲਗਾਤਾਰ ਵਧ ਰਿਹਾ ਹੈ ਇਸ ਦਾ ਅੰਦਾਜ਼ਾ ਆਇਲੈਂਡ ਸੈਂਟਰਾਂ ਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀਆਂ ਦੁਕਾਨਾਂ ਤੋਂ ਹੀ ਲੱਗ ਸਕਦਾ ਹੈ। ਸੋ ਪ੍ਰਵਾਸ ਕੋਈ ਪਹਿਲੀ ਵਾਰ ਨਹੀਂ ਹੋਇਆ। 100 ਸਾਲ ਪਹਿਲਾਂ ਤਾਂ ਅਮਰੀਕਾ ਕੈਨੇਡਾ ਵੱਲ ਉਡਾਨਾਂ ਜਦੋਂ ਜਾਣ ਲੱਗ ਪਈਆਂ ਸਨ ਤਾਂ ਇਸ ਤੋਂ ਪਹਿਲਾਂ ਬ੍ਰਿਟੇਨ ਵੱਲ ਉਡਾਨਾਂ ਜਾ ਰਹੀਆਂ ਸਨ। ਪਰ ਜਿਸ ਤਰਫਤਾਰ ਦੇ ਨਾਲ ਪਿਛਲੇ ਕੁਝ ਕਸਾਲਾਂ ਤੋਂ ਪ੍ਰਵਾਸ ਵਧਿਆ ਹੈ ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ। ਇਸ ਨਾਲ ਪੰਜਾਬ ਦੇ ਭਵਿੱਖ ਦੀ ਨਵੀਂ ਤਸਵੀਰ ਉੱਭਰ ਰਹੀ ਹੈ। ਸੋ ਨੌਜਵਾਨਾਂ ਦੇ ਪ੍ਰਵਾਸ ਦੀ ਕਹਾਣੀ ਪੰਜਾਬ ਦੇ ਆਤਵਾਦ ਦੇ ਸਮੇਂ ਨਾਲ ਜ਼ਰੂਰ ਜੁੜਦੀ ਨਜ਼ਰ ਆਉਂਦੀ ਹੈ। ਫਿਰ ਨੌਜਵਾਨਾਂ ਦਾ ਇੱਥੇ ਆ ਕੇ ਡਾਲਰਾਂ ਦੇ ਰੰਗ ਦਿਖਾਉਣ ਨਾਲ ਹੋਰ ਨੌਜਵਾਨਾਂ ਨੇ ਵੀ ਇਸ ਪਾਸੇ ਰਾਹ ਬਣਾਇਆ ਪੰਜਾਬ ਦੀ ਆਰਥਿਕ ਅਤੇ ਸਿਆਸੀ ਵਿਵਸਥਾ ਨੇ ਇਸ ਪੱਖ ਨੂੰ ਅਣਗੌਲਿਆ ਕੀਤਾ ਸਗੋਂ ਜਿਹੜਾ ਮਾਹੌਲ ਉਸਾਰਿਆ ਕਿ ਪ੍ਰਵਾਸ ਵੱਲ ਦੌੜ ਜਿਹੜੀ ਹੋਰ ਤੇਜ਼ ਹੋ ਗਈ ਹੈ ਨਸ਼ਿਆਂ ਦੀ ਭੂਮਿਕਾ ਇੰਨੀ ਕੁ ਹੈ ਕਿ ਇਸ ਨੇ ਨੌਜਵਾਨਾਂ ਤੋਂ ਵੱਧ ਉਹਨਾਂ ਦੇ ਮਾਪਿਆਂ ਨੂੰ ਪ੍ਰੇਰਿਆ ਉਹਨਾਂ ਦੇ ਬੱਚਿਆਂ ਜਾਂ ਕਿਸੇ ਨਾ ਕਿਸੇ ਤਰ੍ਹਾਂ ਸੁਰੱਖਿਤ ਨਸ਼ਿਆ ਵਾਲੀ ਤੇ ਅਮਰੀਕ ਜਿਹੜੀਆਂ ਜ਼ਮੀਨਾਂ ਤੋਂ ਉੱਡ ਜਾਣ ਭਾਵੇਂ ਉਹੀ ਮਾਪੇ ਹੁਣ ਪਛਤਾ ਰਹੇ ਨੇ ਕਿ ਘਰ ਖਾਲੀ ਹੋ ਗਏ ਹੁਣ ਤਾਂ ਟਾਵਾ-ਟਾਵਾ ਘਰੀ ਹੋਏਗਾ ਜਿੱਦਾ ਪੂਰਾ ਪਰਿਵਾਰ ਰਹਿੰਦਾ ਹੋਣਾ ਸੋ ਪਹਿਲਾਂ ਪ੍ਰਵਾਸ ਕਰਦੇ ਲੋਕ ਪੰਜਾਬ ਨਾਲ ਜੁੜੇ ਰਹਿੰਦੇ ਸਨ ਇਥੋਂ ਦੀ ਪ੍ਰਵਾਹ ਕਰਦੇ ਸੀ ਹੁਣ ਨੌਜਵਾਨ ਚਾਹੁੰਦੇ ਨੇ ਕਿ ਸਭ ਕੁਝ ਵੇਚ-ਵਟੇ ਸਾਰੇ ਵਿਦੇਸ਼ ਫੁੱਟ ਜਾਣ ਵਿਦੇਸ਼ਾਂ ਦੀਆਂ ਸਰਕਾਰਾਂ ਇਸ ਲਈ ਉਤਸ਼ਾਹਿਤ ਕਰ ਰਹੀਆਂ ਹਨ ਉਹਨਾਂ ਨੂੰ ਨਸ਼ੇ ਦੀ ਸ਼ੁਰੂਆਤ ਨੂੰ ਲੈ ਕੇ ਅਕਸਰ ਨੌਜਵਾਨਾਂ ਨੂੰ ਹੀ ਇਸ ਦਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਇਸ ਦਾ ਅੰਦਾਜ਼ਾ ਕੁਝ ਕੁ ਸਵਾਲਾਂ ਦੇ ਜਵਾਬਾਂ ਤੋਂ ਲਾ ਸਕਦੇ ਹਾਂ ਕਿ ਨੌਜਵਾਨਾਂ ਨੂੰ ਇਹਨਾਂ ਦੇ ਵਰਤੋਂ ਦਾ ਫਾਇਦਾ ਹੈ ਕਿ ਉਹ ਇਹਨਾਂ ਦੀ ਲੋਰ ਵਿੱਚ ਰੰਗ-ਬਰੰਗੀਆਂ ਦੁਨੀਆ ਵਿੱਚ ਆਪਣਾ ਸਮਾਂ ਕੱਟਦੇ ਮਸਤ ਰਹਿੰਦੇ ਨੇ ਕੀ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਦਾ ਫਾਇਦਾ ਹੈ ਕਿ ਜੋ ਇਹਨਾਂ ਮੋੜਿਆਂ ਤੇ ਪਰਿਵਾਰ ਦੀ ਜ਼ਿੰਮੇਵਾਰੀ ਦੇਣ ਲਈ ਟੇਕ ਲਾਈ ਬੈਠੇ ਨੇ ਕੀ ਸਮਾਜ ਨੂੰ ਇਹਨਾਂ ਨਸ਼ਿਆਂ ਦੀ ਵਰਤੋਂ ਦਾ ਫਾਇਦਾ ਹੈ ਜਿਸ ਨੂੰ ਭਰੋਸਾ ਹੈ ਕਿ ਉਹ ਨੇ ਚੰਗੇ ਸਮਾਜ ਵਿੱਚ ਹਿੱਸਾ ਪਾਉਣਗੇ ਜਾਂ ਕੀ ਪ੍ਰਸ਼ਾਸਨ ਨੂੰ ਫਾਇਦਾ ਹੈ ਕਿ ਇਹ ਜਸ਼ੀਲੇ ਨੌਜਵਾਨ ਉਹਨਾਂ ਦੀ ਨੀਂਦ ਹਰਾਮ ਕਰਨਗੇ ਤੇ ਨਸ਼ਿਆਂ 'ਚ ਝੂਮਦੇ ਰਹਿਣਗੇ ਤੇ ਆਪਣੀ ਹੀ ਦੁਨੀਆ ਵਿੱਚ ਰੁੱਝੇ ਰਹਿਣਾ ਕਿ ਸਿਆਸਤਦਾਨਾਂ ਨੂੰ ਜਾਂ ਫਿਰ ਫਾਇਦਾ ਜੋ ਸੱਤਾ ਚਾਹੁੰਦੇ ਨੇ ਜਿਸ ਲਈ ਨੌਜਵਾਨਾਂ ਦਾ ਬਾਹੂਬਲ ਵੀ ਚਾਹੀਦਾ ਤੇ ਨਸ਼ੇ ਦੀ ਸਮਗਲਿੰਗ ਰਾਹੀਂ ਕਾਲਾ ਪੈਸਾ ਵੀ ਸੋ ਇਹਨਾਂ ਤੱਥਾਂ ਦੇ ਮੱਦੇਨਜ਼ਰ ਆਪਾਂ ਅੰਦਾਜ਼ ਸਮਾਜ ਤੇ ਸੱਤਾ 'ਚ ਕਿਸਦਾ ਕਿਰਦਾਰ ਅਜਿਹਾ ਜੋ ਦੇਸ਼ ਦਾ ਵਿਕਾਸ ਚਾਹੁੰਦਾ ਹੈ ਲੋਕਾਂ ਦੀ ਤਰੱਕੀ ਦੇਖਣ ਦਾ ਚਾਹਵਾਨ ਹੈ ਨਿਸ਼ਚੈ ਹੀ ਇਹ ਜਿਹੜੀ ਸੱਤਾ ਹੈ ਉਸ ਦਾ ਸਹਿਯੋਗੀ ਪ੍ਰਸ਼ਾਸਨ ਉਹ ਕਿਉਂ ਚਾਹਣਗੇ ਕਿ ਹਾਲਾਤ ਵਿੱਚ ਸੁਧਾਰ ਹੋਵੇ ਜਾਂ ਤਬਦੀਲੀ ਆਵੇ ਨਸ਼ਿਆਂ ਦੀ ਬੇਤਹਾਸ਼ਾ ਵਰਤੋਂ ਤੇ ਪ੍ਰਵਾਸ ਦਾ ਨਤੀਜਾ ਬੁੱਢਿਆਂ ਦਾ ਇਕੱਲੇ ਰਹਿ ਜਾਣਾ ਹੈ ਨਾਲ ਘਟ ਰਹੀ ਪ੍ਰਜਨਨ ਦਰ ਦੀ ਜੋ ਗੱਲ ਹੋ ਰਹੀ ਹੈ ਜੋ ਇਸ ਦੇ ਕਾਰਨਾਂ ਦੀ ਗੱਲ ਕਰੀਏ ਜੇਕਰ ਤਾਂ ਨਸ਼ਿਆ ਰਾਹੀ ਵਧ ਰਹੀ ਨਿਪੁੰਸਕਤਾ ਪ੍ਰਵਾਸ ਅਤੇ ਵਿਆਹ ਦੀ ਉਮਰ 'ਚ ਵਾਧਾ ਵੀ ਕਰਨਾ ਹੈ ਨੌਜਵਾਨਾਂ ਨੂੰ ਸਮੇਂ-ਸਮੇਂ ਤੋਂ ਜਿਹੜੀ ਹੋਸ਼ ਬਨਾਮ ਜੋਸ਼ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਇਹ ਕਿਹਾ ਜਾਂਦਾ ਹੈ ਵੀ ਉਹ ਉਮਰ ਜੋਸ਼ ਦੀ ਹੈ ਹੋਸ਼ ਦੀ ਨਹੀਂ ਇਹ ਗੱਲ درست ਨਹੀਂ ਸਗੋਂ ਪਟਕਾਉਣ ਵਾਲੀ ਹੈ ਇੱਕ ਤਾਂ ਧੇਵੀਆ ਵੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਨਵੀਆਂ ਖੋਜਾਂ ਹੁੰਦੀਆਂ ਨੇ ਜਾਂ ਹੋਈਆਂ ਨੇ ਜਾਂ ਨਵੇਂ ਰਾਹਾਂ ਦੀ ਤਲਾਸ਼ ਹੋਈ ਹੈ ਉਹ ਚਾਹੇ ਵਿਗਿਆਨੀ ਸੀ ਜਾਂ ਸਮਾਜ ਰਾਜਨੀਤਿਕ ਉਹ ਰਾਹ ਇਸ ਜਵਾਨੀ ਨੇ ਹੀ ਖੋਜੇ ਨੇ ਸਾਡੇ ਕੋਲ ਹਰ ਖੇਤਰ 'ਚ ਨੇਕਾ ਉਦਾਹਰਨਾਂ ਨੇ ਪਰ ਅਸੀਂ ਦੇਖ ਸਕਦੇ ਹਾਂ ਕਿ ਇਸ ਉਮਰ ਦੇ ਜੋਸ਼ੀਲੇ ਪੱਖ ਨੂੰ ਸਿਆਸਤ ਆਪਣੇ ਵਿਦਿਆਰਥੀ ਵਿੰਗ ਬਣਾ ਕੇ ਇਸਤੇਮਾਲ ਕਰਦੀ ਹੈ ਸੋ ਇਹਨਾਂ ਦੀ ਸੋਚ ਨੂੰ ਸਹੀ ਰਾ ਨਾਦ ਖਾ ਕੇ ਇਹਨਾਂ ਨੂੰ ਭੀੜ ਦੇ ਰੂਪ ਚ ਵੱਡ ਬਤਿਆ ਜਾਂਦਾ ਹੈ ਸੋ ਇਸ ਵਿਗੜੇ ਹੋਏ ਮਾਹੌਲ ਨੇ ਜਿੱਥੇ ਹੋਰ ਨੁਕਸਾਨ ਕੀਤੇ ਨਾ ਉੱਥੇ ਪੰਜਾਬ ਨੂੰ ਪ੍ਰਵਾਸਤਾ راہ ਵੀ ਦਿਖਾਇਆ ਸੋ ਹਰ ਸਾਲ ਕੁਝ ਨੌਜਵਾਨ ਨਸ਼ਿਆ ਦੀ ਭੀੜ ਚੜ ਰਹੇ ਨੇ ਕੁਝ ਪ੍ਰਵਾਸ ਕਰ ਰਹੇ ਨੇ ਨਤੀਜੇ ਵਜੋਂ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਤਦਾਦ ਹੈ ਉਹ ਘਟਦੀ ਨਜ਼ਰ ਆ ਰਹੀ ਹੈ ਇਸ ਦਾ ਅਸਿੱਧਾ ਪੈਮਾਨਾ ਇਹ ਵੀ ਹੈ ਕਿ ਪੰਜਾਬ ਦੀ ਪ੍ਰਜਨਨ ਦੇ ਅਤੇ ਆਬਾਦੀ ਵਾਧੇ ਦਰ ਦੀ ਕਾਫੀ ਘਟ ਰਹੀ ਹੈ ਤੇ ਇਹ ਫਿਕਰਾਂ ਵਾਲਾ ਪੱਖ ਹੈ ਸੋ ਪਿਆਰ ਨਾਲ ਗੁਲਾਮੀ ਕਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪਿੱਛ ਲੱਗੂ ਸਮਝ ਲਿਆ ਜਾਵੇ ਇਹਦਾ ਇਹ ਮਤਲਬ ਹੈ ਵੀ ਪਰਗਲਾਏ ਜਾਣ ਜਾਂ ਕੁਰਾਹੇ ਪਾਇ ਜਾਣ ਜਿਵੇਂ ਸੱਚ ਭਾਰੂ ਹੈ ਕਿ ਇਹਨਾਂ ਦਾ ਜੋਸ਼ ਵਰਤਿਆ ਜਾਵੇ ਜਾਂ ਅਸੀਂ ਵਧੀਆ ਭਵਿੱਖ ਨਹੀਂ ਉਸਾਰ ਰਹੇ ਜਿੱਥੇ ਹਰ ਤੀਜਾ ਸ਼ਖਸ ਨਸ਼ੇ ਵਿੱਚ ਲੱਗਿਆ ਹੋਇਆ ਹੈ ਪ੍ਰਜਨਨ ਦਰ 1.5 ਹੋ ਗਈ ਹੋਵੇ ਤੇ तकरीबन 1.5 ਲੱਖ ਨੌਜਵਾਨ ਪੜ੍ਹਾਈ ਦੇ ਨਾਲ ਤੇ ਪੰਜਾਬ ਛੱਡ ਕੇ ਜਾ ਰਹੇ ਨੇ ਉਹ ਸੂਬੇ ਦਾ ਵਿਕਾਸ ਕਿਸੇ ਦੇ ਹੱਥਾਂ ਵਿੱਚ ਹੈ ਇਹ ਸਕਦੇ ਆ ਪੰਜਾਬ ਦੀ ਇਹ ਸੀ ਉੱਪਰ ਦੀ ਤਸਵੀਰ ਤੇ ਨੌਜਵਾਨੀ